ਅੱਜ ਅਸੀਂ ਮੈਂ ਕਿਹਾ ਚਲੋ ਇਹਨਾਂ ਦਾ ਘਰ ਚੈੱਕ ਕਰੀਏ ਵੀ ਕਿੰਨੇ ਕਿੰਨੇ ਮੈਂਬਰ ਨੇ ਇੱਕ ਘਰ ਦੇ ਵਿੱਚ, ਉਸ ਹਿਸਾਬ ਨਾਲ ਸਾਰਿਆਂ ਨੂੰ ਖਾਣਾ ਦਿੱਤਾ ਜਾਵੇ। ਅਸੀਂ ਅੱਜ ਚੈਕਿੰਗ ਕਰਨ ਗਏ ਹਾਂ, ਜਿਸ ਤੋਂ ਬਾਅਦ ਸਾਨੂੰ ਅੱਜ ਘਰ ਘਰ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਨੋਨ ਵੈਜ ਚਿਕਨ ਵਗੈਰਾ ਸਾਰਿਆਂ ਨੇ ਬਣਾ ਰੱਖਿਆ ਅਤੇ ਸਾਨੂੰ ਅਸੀਂ ਜਿਹੜਾ ਲੰਗਰ ਪ੍ਰੋਵਾਈਡ ਇਹਨਾਂ ਨੂੰ ਕਰਾਉਂਦੇ ਹਾਂ, ਅਸੀਂ ਉਹ ਅਸੀਂ ਬਾਲਾ ਜੀ ਦਾ ਭੋਗ, ਹਨੂੰਮਾਨ ਜੀ ਦਾ ਭੋਗ ਲਗਵਾ ਕੇ ਅਸੀਂ ਲੰਗਰ ਪ੍ਰੋਵਾਈਡ ਕਰਾਉਂਦੇ ਹਾਂ। ਅਸੀਂ ਅੱਜ ਦੇਖਿਆ ਵੀ ਘਰ ਘਰ ਦੇ ਵਿੱਚ ਚਿਕਨ ਬਣਿਆ ਤਾਂ ਸਾਡੇ ਦਿਲ ਨੂੰ ਬੜੀ ਠੇਸ ਪਹੁੰਚੀ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਵੀ ਇਹਨਾਂ ਦੇ ਇੱਕ ਚੈਕਿੰਗ ਕੀਤੀ ਜਾਵੇ ਅਤੇ ਅਸੀਂ ਵੈਸੇ ਤਾਂ ਲੰਗਰ ਅੱਜ ਵੀ ਪ੍ਰੋਵਾਈਡ ਕਰਾ ਰਹੇ ਤੁਹਾਡੇ ਸਾਹਮਣੇ, ਤੁਸੀਂ ਦੇਖ ਸਕਦੇ ਹੋ ਬੱਚਿਆਂ ਬੱਚਿਆਂ ਦਾ ਮੂੰਹ ਦੇਖ ਕੇ ਅਸੀਂ ਸਾਰਿਆਂ ਨੂੰ ਲੰਗਰ ਪ੍ਰੋਵਾਈਡ ਕਰਾ ਰਹੇ ਹਾਂ। ਕੀ ਸਮਝਦੇ ਹੋ ਕਿ ਇਸ ਹਾਲਾਤਾਂ ਵਿੱਚ ਇਹ ਚੀਜ਼ਾਂ ਹੋਣੀਆਂ ਅਤੇ ਕੀ ਮਾਇਨੇ ਰੱਖਦੇ ਨੇ ਇਹਦੇ ਵਿੱਚ? ਇਹ ਤਾਂ ਸਰ ਪ੍ਰਸ਼ਾਸਨ ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰਕੇ ਅਤੇ ਚੈੱਕ ਕਰਨਾ ਚਾਹੀਦਾ ਹੈ ਘਰ ਦੇ ਵਿੱਚ, ਕਿਉਂਕਿ ਸਾਡੇ ਮਾਣਯੋਗ ਐਸ ਡੀ ਐਮ ਸਾਹਿਬ ਅਤੇ ਡੀ ਸੀ ਸਾਹਿਬ ਇੱਕ ਵਾਰੀ ਇਹਨਾਂ ਦੇਖਣ ਆ ਗਏ ਵੀ ਅਸੀਂ ਤਕਰੀਬਨ 18 ਤੋਂ 19 ਦਿਨ ਹੋ ਗਏ ਅੱਜ ਇਹਨਾਂ ਨੂੰ ਡੇਲੀ 2 ਟਾਈਮ ਦਾ ਖਾਣਾ ਪ੍ਰੋਵਾਈਡ ਕਰਾ ਰਹੇ ਹਾਂ। ਆਇਆ ਅਭੀ? ਹਾਂ ਠੀਕ, ਕੋਈ ਨਹੀਂ, ਕੋਈ ਨਹੀਂ ਰਹਿੰਦਾ। ਅਭੀ ਕਿਹੜੀ ਕਲੋਨੀ 'ਚ ਰਹਿੰਦੇ ਹੋ? ਅੱਜ ਅਸੀਂ ਮੈਂ ਕਿਹਾ ਚਲੋ ਇਹਨਾਂ ਦਾ ਘਰ ਚੈੱਕ ਕਰੀਏ ਵੀ ਕਿੰਨੇ ਕਿੰਨੇ ਮੈਂਬਰ ਨੇ ਇੱਕ ਘਰ ਦੇ ਵਿੱਚ, ਉਸ ਹਿਸਾਬ ਨਾਲ ਸਾਰਿਆਂ ਨੂੰ ਖਾਣਾ ਦਿੱਤਾ ਜਾਵੇ। ਅਸੀਂ ਅੱਜ ਚੈਕਿੰਗ ਕਰਨ ਗਏ ਹਾਂ, ਜਿਸ ਦੌਰਾਨ ਸਾਨੂੰ ਅੱਜ ਘਰ ਘਰ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਨੋਨ ਵੈਜ ਚਿਕਨ ਵਗੈਰਾ ਸਾਰਿਆਂ ਨੇ ਬਣਾ ਰੱਖਿਆ ਸੀ ਅਤੇ ਸਾਨੂੰ ਅਸੀਂ ਜਿਹੜਾ ਲੰਗਰ ਪ੍ਰੋਵਾਈਡ ਇਹਨਾਂ ਨੂੰ ਕਰਾਉਂਦੇ ਹਾਂ, ਅਸੀਂ ਬਾਲਾ ਜੀ ਦਾ ਭੋਗ, ਹਨੂੰਮਾਨ ਜੀ ਦਾ ਭੋਗ ਲਗਵਾ ਕੇ ਅਸੀਂ ਲੰਗਰ ਪ੍ਰੋਵਾਈਡ ਕਰਾਉਂਦੇ ਹਾਂ। ਅਸੀਂ ਅੱਜ ਦੇਖਿਆ ਵੀ ਘਰ ਘਰ ਦੇ ਵਿੱਚ ਚਿਕਨ ਬਣਿਆ ਤਾਂ ਸਾਡੇ ਦਿਲ ਨੂੰ ਬੜੀ ਠੇਸ ਪਹੁੰਚੀ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਵੀ ਇਹਨਾਂ ਦੇ ਇੱਕ ਚੈਕਿੰਗ ਕੀਤੀ ਜਾਵੇ ਅਤੇ ਅਸੀਂ ਵੈਸੇ ਤਾਂ ਲੰਗਰ ਅੱਜ ਵੀ ਪ੍ਰੋਵਾਈਡ ਕਰਾ ਰਹੇ ਹਾਂ ਤੁਹਾਡੇ ਸਾਹਮਣੇ, ਤੁਸੀਂ ਦੇਖ ਸਕਦੇ ਹੋ ਬੱਚਿਆਂ ਬੱਚਿਆਂ ਦਾ ਮੂੰਹ ਦੇਖ ਕੇ ਅਸੀਂ ਸਾਰਿਆਂ ਨੂੰ ਲੰਗਰ ਪ੍ਰੋਵਾਈਡ ਕਰਾ ਰਹੇ ਹਾਂ। ਪਰ ਕੀ ਸਮਝਦੇ ਹੋ ਕਿ ਇਸ ਹਾਲਾਤਾਂ ਵਿੱਚ ਇਹ ਚੀਜ਼ਾਂ ਹੋਣੀਆਂ ਅਤੇ ਕੀ ਮਾਇਨੇ ਰੱਖਦੇ ਨੇ ਇਹਦੇ ਵਿੱਚ? ਇਹ ਤਾਂ ਸਰ ਪ੍ਰਸ਼ਾਸਨ ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰਕੇ ਇੱਥੇ ਚੈੱਕ ਕਰਨਾ ਚਾਹੀਦਾ ਹੈ ਘਰ ਦੇ ਵਿੱਚ, ਕਿਉਂਕਿ ਸਾਡੇ ਮਾਣਯੋਗ ਐਸ ਡੀ ਐਮ ਸਾਹਿਬ ਅਤੇ ਡੀ ਸੀ ਸਾਹਿਬ ਇੱਕ ਵਾਰੀ ਇਹਨਾਂ ਦੇਖਣ ਆ ਕੇ ਵੀ ਅਸੀਂ ਤਕਰੀਬਨ 18 ਤੋਂ 19 ਦਿਨ ਹੋ ਗਏ ਅੱਜ ਇਹਨਾਂ ਨੂੰ ਡੇਲੀ 2 ਟਾਈਮ ਦਾ ਖਾਣਾ ਪ੍ਰੋਵਾਈਡ ਕਰਾ ਰਹੇ ਹਾਂ। ਨਹੀਂ, ਜਿਹੜੇ ਚਿਕਨ ਬਣਿਆ ਹੈਗਾ ਇੱਕ ਪਾਸੇ ਤੱਕ ਭੁੱਖਮਰੀ ਅਤੇ ਆਪਣੇ ਕਈ ਇਲਾਕਿਆਂ ਦੇ ਅੰਦਰ ਖਾਣਾ ਨਹੀਂ ਪਹੁੰਚ ਰਿਹਾ ਹੈਗਾ, ਅਤੇ ਇਸ ਤਰ੍ਹਾਂ ਦੀ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ, ਅਤੇ ਕਿੰਨੇ ਕੁ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤਾਂ 'ਚ ਇਹ ਚੀਜ਼ਾਂ ਹੋਣੀਆਂ, ਕੀ ਸਮਝਦੇ ਹੋ ਜੀ? ਸਰ ਸਾਨੂੰ ਜਿਹੜੀ ਅੱਜ ਦ੍ਰਿਸ਼ ਦੇਖਿਆ ਤਾਂ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਵੀ ਜਿਹੜੇ ਹਾਲਾਤ ਬਹੁਤ ਮਾੜੇ ਚੱਲ ਰਹੇ ਆ, ਪਰ ਇਹ ਵੀ ਬਹੁਤ ਜ਼ਿਆਦਾ ਯਾਨੀ ਕਿ ਇਸ ਹਾਲਾਤ ਦੇ ਵਿੱਚ ਦੇਖੀਏ ਤਾਂ ਕਿਸੇ ਕੋਲ ਵੀ 2 ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ, ਅਤੇ ਕੋਈ ਇਹ ਸ਼ਾਮ ਨੂੰ ਸਾਰੇ ਦਾਰੂ ਪੀਂਦੇ ਨੇ ਅਤੇ ਸਾਰੇ ਚਿਕਨ ਬਣਾਉਂਦੇ ਨੇ। ਅਸੀਂ ਇਹਨਾਂ ਦੇ ਘਰ 'ਚ ਕਦੇ ਵੀ ਦੇਖਣ ਨਹੀਂ ਗਏ, ਅਸੀਂ ਅੱਜ ਦੇਖਣ ਗਏ ਹਾਂ, ਪਰ ਸਾਨੂੰ ਅੱਜ ਬਹੁਤ ਅਜੀਬ ਲੱਗਿਆ। ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਇਹਨਾਂ ਦਾ ਦੇਖਿਆ ਜਾਵੇ ਵੀ ਜੇ ਇਹਨਾਂ ਨੂੰ ਚੰਗਾ ਲੱਗਦਾ। ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਅੱਜ ਵੇਖੇ ਨੇ, ਕੀ ਹਾਲਾਤਾਂ ਨੂੰ ਵੇਖ ਕੇ ਅੱਗੇ ਵੀ ਤੁਹਾਡੀ ਸੇਵਾ ਇਸ ਤਰ੍ਹਾਂ ਦੀ ਜਾਰੀ ਰਹੇਗੀ ਇਹਨਾਂ ਨੂੰ ਲੰਗਰ ਦੇਣ ਦੀ? ਅਸੀਂ ਸਰ ਇਹਨਾਂ ਜਿਹੜੇ ਬੱਚੇ ਨੇ ਛੋਟੇ ਛੋਟੇ, ਕੋਈ 1 ਸਾਲ ਦਾ ਬੱਚਾ, ਕੋਈ 2 ਸਾਲ ਦਾ, ਕੋਈ 5 ਸਾਲ ਦਾ, ਅਸੀਂ ਬੱਚਿਆਂ ਨੂੰ ਦੇਖ ਕੇ ਇਹਨਾਂ ਦਾ ਐਵੇਂ ਲੰਗਰ ਵਰਤਾਵਾਂਗੇ, ਪਰ ਸਾਨੂੰ ਜਿਹੜੇ ਇਹਨਾਂ ਦੇ ਵੱਡੇ ਨੇ ਅਸੀਂ ਇਹਨਾਂ ਦਾ ਬਹੁਤ ਸਾਨੂੰ ਵੀ ਫੀਲ ਠੇਸ, ਸਾਡੇ ਦਿਲ ਨੂੰ ਠੇਸ ਪਹੁੰਚਦੀ ਹੈ ਵੀ ਇਹਨਾਂ ਨੂੰ ਆਪਦੇ ਬੱਚਿਆਂ ਦਾ ਕੋਈ ਅਸਰ ਨਹੀਂ। ਤੁਸੀਂ ਸਮਝਦੇ ਹੋ ਕਿ ਸਹੀ ਹੱਕਦਾਰ ਦੇ ਕੋਲ ਖਾਣਾ ਜਾ ਰਿਹਾ ਤੁਹਾਡਾ? ਜਿਸ ਹਿਸਾਬ ਨਾਲ ਅੱਜ ਦੇਖਿਆ, ਅੱਜ ਤਾਂ ਲੱਗਿਆ ਸਾਨੂੰ ਵੀ ਸਹੀ ਹੱਕ ਨਹੀਂ ਹੈਗਾ ਇਹਨਾਂ ਨੂੰ ਖਾਣਾ ਪਹੁੰਚਾਉਣ ਦਾ, ਕਿਉਂਕਿ ਇਹ ਸਾਡੀ ਗੱਲ ਹੀ ਨਹੀਂ ਮੰਨ ਰਹੇ, ਇਸ ਗੱਲ ਨੂੰ ਫੋਲੋ ਨਹੀਂ ਕਰ ਰਹੇ। ਤੁਸੀਂ ਸਮਝਦੇ ਹੋ ਕਿ ਕਿਸੇ ਹੋਰ ਬੰਦਿਆਂ ਦੀ ਭਾਲ ਕਰਕੇ ਤੁਸੀਂ ਇਹ ਖਾਣਾ ਉਹਨਾਂ ਨੂੰ ਪ੍ਰੋਵਾਈਡ ਕਰੋ? ਹਾਂਜੀ ਹਾਂਜੀ ਬਿਲਕੁਲ, ਅਸੀਂ ਕਰਾਂਗੇ ਜੀ ਭਾਲ, ਜੇ ਸਾਨੂੰ ਲੱਗੇਗਾ ਵੀ ਇਸੇ ਤਰ੍ਹਾਂ ਚੱਲਦੇ ਰਹਿਣਗੇ ਤਾਂ ਅਸੀਂ ਇਹਨਾਂ ਖਾਣਾ ਬੰਦ ਕਰ ਦਾਂਗੇ, ਅਸੀਂ ਦੂਜੇ ਪਾਸੇ ਜਿਵੇਂ ਸ਼ੁਰੂ ਕਰ ਦਾਂਗੇ। ਅਤੇ ਪ੍ਰਸ਼ਾਸਨ ਦੇ ਨੋਟਿਸ ਹੀ ਲਿਆਂਦਾ ਜਾਏਗਾ? ਬਿਲਕੁਲ ਸਰ, ਪ੍ਰਸ਼ਾਸਨ ਦੇ ਨੋਟਿਸ ਦੇ ਵਿੱਚ ਲਿਆ ਜਾਏਗਾ, ਅਸੀਂ ਡੀ ਸੀ ਸਾਹਿਬ ਨੂੰ ਮਿਲਾਂਗੇ, ਐਸ ਡੀ ਐਮ ਸਾਹਿਬ ਨੂੰ ਮਿਲਾਂਗੇ, ਅਤੇ ਜਿਵੇਂ ਵੀ ਪ੍ਰਸ਼ਾਸਨ ਦਾ ਜੋ ਹੁਕਮ ਹੋਗਾ। ਜੈ ਸ਼੍ਰੀ ਰਾਮ, ਮੈਂ ਰਿੱਕੀ ਮਿੰਡਾ ਮਾਲਵਾ ਚੋਂ ਦਾ ਵਾਈਸ ਪ੍ਰਭਾਰੀ। ਅੱਜ ਸਾਨੂੰ ਆਹ ਚੀਜ਼ ਵੇਖ ਕੇ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ, ਕਿਉਂਕਿ ਕਿਹੜੇ ਇਲਾਕੇ 'ਚ ਤੁਸੀਂ ਖੜੇ ਜੇ ਅਤੇ ਕੀ ਕਿਹੜੀ ਸੰਸਥਾ ਨਾਲ ਤੁਸੀਂ ਸੰਬੰਧ ਰੱਖਦੇ ਜੀ? ਸਰ ਅਸੀਂ ਮਾਨਯੋਗ ਐਸ ਡੀ ਐਮ ਸਾਹਿਬ ਦੇ ਹੁਕਮ ਨਾਲ ਸਾਨੂੰ ਇਹ ਏਰੀਆ ਵੰਡਿਆ ਗਿਆ ਸੀ ਜਿਹੜਾ ਜੋ ਕਿ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਪੈਂਦਾ ਹੈ, ਜ਼ਮੀਨ ਲਾਲ ਕਲੋਨੀ ਦੇ, ਜੋ ਸਾਨੂੰ ਲੰਗਰ ਵਰਤਾਉਣ ਦਾ ਸਾਨੂੰ ਹੁਕਮ ਇੱਥੇ ਮਿਲਿਆ ਸੀ। ਅਸੀਂ ਲੰਗਰ ਵਰਤਾ ਰਹੇ ਸੀ, ਸਾਡਾ 22ਵਾਂ ਦਿਨ ਲਗਾ, ਸੋਰੀ 18-19 ਦਿਨ ਲਗਾਤਾਰ ਹੋ ਗਏ ਸਾਨੂੰ ਲੰਗਰ ਵਰਤਾਉਂਦੇ ਪਏ ਨੂੰ, ਬਟ ਅੱਜ ਅਸੀਂ ਦਿਲ ਸਾਡੇ ਇਸ ਚੈਨਲ ਚੈਕਿੰਗ ਕੀਤੀ ਜਾਵੇ ਹਰੇਕ ਘਰ 'ਚ ਕਿੰਨੇ ਮੈਂਬਰ ਨੇ, ਕਦੇ ਤਾਂ ਕੋਈ 1 ਬੰਦਾ ਆਉਂਦਾ ਹੈ, ਸਾਡੇ ਘਰ 4 ਮੈਂਬਰ ਹੈ, ਕਦੇ ਲੇਡੀਜ਼ ਆਉਂਦੇ ਉਸ ਘਰ ਦੀ 7 ਮੈਂਬਰ ਹੈ, ਸਾਨੂੰ ਸਾਡੇ ਦਿਲ ਵਿੱਚ ਹੋ ਰਿਹਾ ਸੀ ਕਿ ਸਾਡਾ ਲੰਗਰ ਵੇਸਟ ਜਾ ਰਿਹਾ। ਅਸੀਂ ਅੱਜ ਉਹ ਚੈੱਕ ਕਰਨਾ ਸੀ, ਅੱਜ ਹਰੇਕ ਦੇ ਘਰ ਚੈੱਕ ਕੀਤਾ, ਜਿਹਦੇ ਕਰਕੇ ਸਾਨੂੰ ਅੱਜ ਪਤਾ ਲੱਗਿਆ ਹਰੇਕ ਦੇ ਘਰ 'ਚ ਨੋਨ ਵੈਜ ਬਣਿਆ ਸੀ। ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚੀ, ਕਿਉਂਕਿ ਅਸੀਂ
ਚਾਹੇ ਸਵੇਰ ਦਾ ਲੰਗਰ ਹੈ ਜਾਂ ਸ਼ਾਮ ਦਾ ਲੰਗਰ ਹੈ, ਸਾਡਾ ਲੰਗਰ ਜਦੋਂ ਤਿਆਰ ਹੁੰਦਾ ਸਭ ਤੋਂ ਪਹਿਲਾਂ ਅਸੀਂ ਬਾਲਾਜੀ ਦਾ ਉਹਨਾਂ ਨੂੰ ਲੰਗਰ ਦਾ ਭੋਗ ਲਵਾਈਦਾ, ਅਸੀਂ ਉਸ ਤੋਂ ਬਾਅਦ ਵਰਤਾਈਦਾ। ਅੱਜ ਅਸੀਂ ਆਹ ਚੀਜ਼ ਨੂੰ ਵੇਖ ਕੇ ਸਾਨੂੰ ਸਾਡੇ ਦਿਲ ਨੂੰ ਬੋਠੇ ਪਹੁੰਚੀ, ਇਹਦਾ ਮਤਲਬ ਸਾਡੇ ਜਿਹੜਾ ਬਾਲੇ ਦਾ ਲੰਗਰ ਹੈ ਉਹਦੀ ਬੇਅਦਬੀ ਹੋ ਰਹੀ ਹੈ। ਨਹੀਂ ਤੁਸੀਂ ਸਮਝਦੇ ਹੋ ਕਿ ਸਹੀ ਹੱਕਦਾਰ ਕੋਲ ਤੁਹਾਡਾ ਖਾਣਾ ਜਾ ਰਿਹਾ? ਸਰ ਅਸੀਂ ਪਹਿਲਾਂ ਜੋ ਅਸੀਂ ਸਟਾਰਟਿੰਗ ਕਰ ਰਹੇ ਸੀ ਸਾਨੂੰ ਸਾਡੇ ਦਿਲ ਨੂੰ ਬਹੁਤ ਸਕੂਨ ਮਿਲਿਆ ਸੀ ਕਿ ਇਹ ਲੰਗਰ ਸਹੀ ਹੱਥ ਜਾ ਰਿਹਾ, ਲੇਕਿਨ ਜੋ ਅੱਜ ਦਾ ਮੁੱਲ ਵੇਖਿਆ ਸਾਨੂੰ ਬਹੁਤ ਠੇਸ ਪਹੁੰਚੀ। ਅਤੇ ਕੀ ਅਗਲਾ ਤੁਹਾਡਾ ਸਟੈਪ ਕੀ ਰਹੇਗਾ ਕਿ ਕਿੱਦਾਂ ਦੇ ਇਸ ਹਾਲਾਤਾਂ ਨੂੰ ਵੇਖ ਕੇ ਕੀ ਚੇਂਜਿੰਗ ਲਿਆਈ ਜਾਏਗੀ ਤੁਹਾਡੀ ਸੰਸਥਾ ਵੱਲੋਂ? ਹਾਂਜੀ ਸਰ, ਅੱਜ ਅਸੀਂ ਸਾਰਿਆਂ ਨੂੰ ਵਾਰਨਿੰਗ ਦਿੱਤੀ, ਲਾਸਟ ਵਾਰਨਿੰਗ ਹੈ ਅਗਰ ਜੇ ਅੱਜ ਤੋਂ ਪੈਸਾ ਹੈ ਤਾਂ ਹੀ ਇੱਕ ਜੋ ਲਿਆ ਰਹੇ ਨੇ ਜਾਂ ਕਿਸ ਤਰ੍ਹਾਂ ਦੇ ਹੈਗੇ ਨੇ ਅਤੇ ਕਈਆਂ ਨੂੰ ਰੋਟੀ ਵੀ ਨਹੀਂ ਮਿਲ ਰਹੀ। ਬਿਲਕੁਲ ਸਰ, ਇਹਨਾਂ ਕੋਲ ਪੈਸਾ ਹੈਗਾ ਤਾਂ ਹੀ ਤਾਂ ਲੈ ਕੇ ਆ ਰਹੇ ਨੇ। ਚਲੋ ਪੈਸਾ ਹੈ ਸਰ ਤਾਂ ਹੀ ਲੈ ਕੇ ਆ ਰਹੇ ਨੇ ਸਰ। ਸਰ ਦੇਖੋ ਨਾ ਸਰ, ਜਿਹੜਾ 200 ਰੁਪਏ ਕਿਲੋ ਚਿਕਨ ਹੈ ਅੱਜ ਦੇ ਟਾਈਮ 200 ਰੁਪਇਆ ਗਰੀਬ ਬੰਦਾ ਸੇ 2 ਲੱਖ ਦੇ ਬਰਾਬਰ ਹੈ। ਪਰ ਵੇਖੋ 200 ਰੁਪਏ ਜਿਹੜਾ ਚਿਕਨ ਲੈ ਕੇ ਆ ਰਿਹਾ ਮਤਲਬ ਪੈਸਾ ਹੈ ਮਗਰ ਸਟੋਕ ਪਿਆ ਤਾਂ ਹੀ ਲੈ ਕੇ ਆ ਰਿਹਾ। ਅਤੇ ਜਿਹੜਾ ਕੋਲ ਰੋਟੀ ਨਸੀਬ ਨਹੀਂ ਹੋ ਰਹੀ ਅਤੇ ਉਹਨਾਂ ਵਾਸਤੇ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਟਾਈਮ ਦੇ ਮੌਜੂਦਾ ਜਿਹੜੇ ਕਰਫਿਊ ਦੇ ਵਿੱਚ? ਸਰ ਉਹਨਾਂ ਵਾਸਤੇ ਹਾਲਾਤ ਹੀ ਨਾ, ਉਹੀ ਗੱਲ ਹੈ ਨਾ ਸਰ, ਉਹ ਕਹਿੰਦੇ ਨਾ ਕਹਿੰਦੇ ਸਾਨੂੰ ਸ਼ਾਇਦ ਹੋ ਸਕਦਾ ਵਾਇਰਸ ਮਾਰੇ ਨਾ ਮਾਰੇ, ਲੇਕਿਨ ਜਿਹੜੀ ਭੁੱਖ ਆ ਰਹੀ ਹੈ ਸਾਨੂੰ ਜ਼ਰੂਰ ਮਾਰਦੇ ਨੇ। ਅਤੇ ਤੁਹਾਡੀ ਸੰਸਥਾ ਕੀ ਰਹੇਗਾ ਕਿ ਹੁਣ ਜਿਹੜੀ ਭੁੱਖਿਆਂ ਨੂੰ ਜਿਹੜੇ ਸਹੀ ਹੱਕਦਾਰ ਨੂੰ ਲੱਭੇਗੀ? ਸਰ ਉਹ ਤਾਂ ਹੈ ਸਰ, ਸਾਡੀ ਸੋਚ ਇਹੀ ਅਸੀਂ ਸਹੀਦਾਰ ਸਹੀ ਜਗ੍ਹਾ ਸਹੀ ਹੱਥੇ ਲੰਗਰ ਪਹੁੰਚਾਈਏ, ਬਟ ਸਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਚੁੱਕੇ ਹਾਂ, ਅਗਰ ਕੱਲ੍ਹ ਤੋਂ ਸਾਨੂੰ ਕਿਸੇ ਇੱਕ ਵੀ ਘਰ ਦੇ ਵਿੱਚ ਤੁਹਾਡਾ ਨੋਨਵੈਜ ਮਿਲ ਗਿਆ ਤਾਂ ਸਾਰਾ ਦਾ ਲੰਗਰ ਬੰਦ ਕੀਤਾ ਜਾਏਗਾ। ਕਿੰਨੇ ਘਰ ਨੇ ਜੇ ਗੱਲ ਕਰੀਏ ਤਾਂ? ਸਰ ਨੀਅਰ ਅਬਾਊਟ 60 ਤੋਂ 70 ਘਰ ਨੇ ਟੋਟਲ, ਇੱਥੇ ਵੇਖਿਆ ਨੀਅਰ ਅਬਾਊਟ ਹੈ ਕੋਈ 100 ਬੰਦਾ ਹੈ ਇੱਥੇ। ਸਰ ਕਿੰਨੇ ਘਰਾਂ ਦੇ ਅੰਦਰ ਜੇ ਕਹੀਏ ਤਾਂ ਬਣਿਆ ਹੋਊਗਾ ਜੀ? 10 ਤੋਂ 12 ਘਰਾਂ 'ਚ। ਅੱਛਾ ਅੱਛਾ, ਤੋ ਕਿਤਨੇ ਸਭੀ ਨੇ ਲਾਏ ਹੈ, ਕਿਤਨੇ ਘਰ ਹੈ? ਅਗਰ ਪੁੱਛ ਲਓ ਜੀ, ਹਮ ਇਤਨੇ ਇਤਨਾ ਸਾ ਲਿਆਏ ਤੋ ਮਿਲਾ ਤੋ ਮੇਰੇ ਕੋ। ਨਹੀਂ ਮੈਂਨੇ ਸਭ ਘਰ ਦੇਖੇ ਹੈ। ਰਾਸ਼ਨ ਕਹਾਂ ਸੇ ਮਿਲ ਰਹਾ ਆਪਕੋ? ਰਾਸ਼ਨ ਤਾਂ ਜਿਸ ਕੋ ਮਮਤਾ ਵਰ ਉਹ ਦੇਖੋ ਜਾਤਾ ਹੈ, ਉਹ ਤੋ ਆਟਾ ਹੈ ਕਿਧਰ ਡੱਬਾ ਰੱਖਾ ਬੱਚੇ। ਅਰੇ ਬਾਬੂ ਜੀ, ਆਪ ਹੀ ਲੋਕ ਤੋ ਲੈ ਕੇ ਦਿਆ ਹੋਈ ਹੈ। ਹਮ ਆਪਕੋ ਕੰਟੀਨਿਊ ਆਜ 18 ਦਿਨ। ਆਪ ਕੰਮ ਕੀ ਕਰਤੇ ਹੋ? ਸੁਬਹ ਸੇ ਸ਼ਾਮ ਤੱਕ 2 ਟਾਈਮ ਖਾਣਾ ਦੇਤੇ ਹੈ। ਹਾਂ ਜੀ ਹਾਂ ਜੀ। ਠੀਕ ਹੈ, ਦੇ ਰਹੇ ਹੈ ਕਿ ਨਹੀਂ? ਹਾਂ ਸਰ, ਸਰ ਝੁਟ ਕੇ ਮਾਰ ਕੇ ਦੇ। ਆਪਕੋ ਮਿਲ ਲੈ ਨਾ ਪੂਰਾ। ਹਾਂ ਜੀ ਹਾਂ ਜੀ। ਜਿਤਨੇ ਬੱਚੇ ਹੋਤੇ ਹੈ, ਜਿਤਨੇ ਆਪ ਮੈਂਬਰ ਲੇ ਕੇ ਆਏ, ਤੋ ਹਮ ਕਭੀ ਆਪਕੋ ਪੁੱਛਾ ਕਭੀ ਘਟਨੇ ਦੀ ਹੈ ਆਪਕੋ? ਫਿਰ ਆਪ ਹਮਾਰੇ ਸਾਥ ਧੋਖਾ ਕਿਉਂ ਕਰ ਰਹੇ ਹੋ? ਆਦੀ ਸਭ ਨਹੀਂ ਲਿਆਂਗੇ ਸਰ ਜੀ, ਤੁਮ ਲੋਗ ਕਾ ਸਾਹਮਣੇ ਹੱਥ ਜੋੜ ਰਹੇ ਹੋ, ਨਹੀਂ ਲਿਆਂਗੇ ਉਹਨਾਂ ਕਾ। ਚਲੋ ਗਲਤੀ ਹੋ ਗਿਆ। ਚਲੋ ਠੀਕ, ਕੋਈ ਕੀ ਹਾਲਾਤ ਸੀਗੇ ਅੱਜ ਦੇ ਤੁਹਾਡੇ ਇਹ? ਸਰ ਆਪ ਮੇਰੀ ਵੀ ਬਾਤ ਸੁਣੋ ਸਰ, ਘਰ ਮੈਂ ਬੱਚੇ ਸਰ, ਆਪ ਲੋਗ ਆਤੇ ਹੋ ਦੁਪਹਿਰ ਕੋ ਸਰ, ਸਵੇਰੇ ਸੇ ਹਮ ਲੋਗ ਕੋ ਕੋਈ ਇੱਕ ਕੱਪ ਚਾਹ ਤੱਕ ਪਿਲਾਨੇ ਨਹੀਂ ਆਤਾ ਸਰ। ਹਮ ਲੋਗ ਕੋਈ ਇਤਨੇ ਇਤਨੇ ਜੁੱਗੀ ਵਾਲੇ ਸਰ, ਇੱਕ ਕੱਪ ਚਾਹ ਵੀ ਪਿਲਾਨੇ ਨਹੀਂ ਆਤਾ ਯਹਾਂ ਪੇ ਸਰ। ਆਪ ਲੋਗ ਆਤੇ 12-1 ਵਜੇ ਸਰ, ਕੈਸੇ ਹਮ ਲੋਗ ਸਾਰ ਲੇਂਗੇ ਸਰ? ਜਬ ਹਮਾਰੇ ਜਬ ਬਾਤ ਸੁਣੋ ਸਰ, ਜਬ ਹਮਾਰੇ ਘਰ ਮੇ ਚੁੱਲ੍ਹਾ ਨਹੀਂ ਚਲੇਗਾ ਤਾਂ ਬੱਚੇ ਕਹਾਂ ਜਾਏਂਗੇ ਸਰ? ਆਪਕੇ ਘਰ ਪੇ ਮੁਰਗਾ ਬਣ ਰਹਾ ਹੈ, ਖਾਣਾ ਬਣ ਰਹਾ ਹੈ? ਲੋ ਸਰ ਦੇਖੋ ਸਰ, ਹਮ ਘਰ ਮੇ ਤਾਂ ਨਹੀਂ ਗਏ ਸਰ, ਹਮ ਆਪਣਾ ਜਾਣਤੇ ਸਰ। ਘਰ ਘਰ ਮੇ ਮੁਰਗਾ ਬਣਤਾ ਸਰ, ਉਸਕੋ ਬੋਲੋ ਜਾ ਕੇ। ਬੱਚੇ ਵੀ ਭੁੱਖੇ ਨਹੀਂ ਰਹੇਗੇ ਸਰ, ਰਾਸ਼ਨ ਵੀ ਲਾਇਆ ਜਾ ਸਕਦਾ ਹੈ। ਛੋਟੇ ਛੋਟੇ ਬੱਚੇ ਸਰ, ਉਸਕੋ ਵੀ ਤਾਂ ਦੇਖੋ ਸਰ।